ਸੰਸਥਾ ਇੱਕ ਨਿਵੇਕਲੀ ਸੰਸਥਾ ਹੈ ਪੰਜਾਬ ਦੇ ਵਿੱਚ। ਮੈਂ ਮਹਿਸੂਸ ਕਰਦਾ ਕਿ ਐਸੀ ਸ਼ਾਨਦਾਰ ਸੰਸਥਾ ਇਹਦੇ ਮੁਕਾਬਲੇ ਦੀ ਇੱਕ ਵੀ ਹੋਰ ਨਹੀਂ ਹੈ ਸਾਰੇ ਪੰਜਾਬ ਦੇ ਵਿੱਚ। ਔਰ ਜਿੰਨੀ ਪ੍ਰਤੀਬੱਧਤਾ ਦੇ ਨਾਲ, ਜਿੰਨੀ ਕਮਿਟਮੈਂਟ ਦੇ ਨਾਲ ਇਹ ਗਿਆਨ ਦੇ ਖੇਤਰ ਦੇ ਵਿੱਚ ਕੰਮ ਕਰ ਰਹੀ ਹੈ, ਇਸ ਤੋਂ ਸਾਰੀਆਂ ਸੰਸਥਾਵਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਜੋ ਕੰਮ ਇਹ ਸੰਸਥਾ ਕਰ ਰਹੀ ਹੈ ਉਹ ਕੰਮ ਤਾਂ ਪੰਜਾਬ ਦੀਆਂ, ਮੈਂ ਸਮਝਦਾ ਕਿ ਯੂਨੀਵਰਸਿਟੀਆਂ ਅਤੇ ਕਾਲਜ ਵੀ ਨਹੀਂ ਕਰ ਰਹੇ ਜੀ। ਔਰ ਮੈਂ ਅੱਜ ਦੀ ਪਹਿਲੀ ਵਾਰੀ ਇਹਨਾਂ ਦਾ ਇੱਕ ਫੰਕਸ਼ਨ ਅਟੈਂਡ ਕੀਤਾ ਔਰ ਇਸ ਦੇ ਵਿੱਚ ਬੜੀ ਗੰਭੀਰ ਚਰਚਾ ਹੋਈ ਹੈ ਕਿਤਾਬਾਂ ਦੇ ਉੱਤੇ, ਪੁਸਤਕਾਂ ਦੇ ਉੱਤੇ। ਔਰ ਜਿਹੋ ਜਿਹਾ ਅਨੁਸ਼ਾਸਨ ਇਸ ਸੰਸਥਾ ਨਾਲ ਜੁੜੇ ਵਿਦਿਆਰਥੀਆਂ ਦੇ ਵਿੱਚ ਪਾਇਆ ਹੈ, ਐਸਾ ਡਿਸਿਪਲਿਨ, ਐਸਾ ਅਨੁਸ਼ਾਸਨ ਬਹੁਤ ਘੱਟ ਵੇਖਣ 'ਚ ਆਇਆ ਜੀ। ਔਰ ਜਿਸ ਤਨਮੇਤਿਆ ਦੇ ਨਾਲ, ਜਿਸ ਇਕਾਗਰਤਾ ਦੇ ਨਾਲ ਉਹ ਵਿਚਾਰਾਂ ਨੂੰ ਸੁਣਦੇ ਹੈ, ਉਹ ਆਪਣੇ ਆਪ ਦੇ ਵਿੱਚ ਮੇਰੇ ਵਾਸਤੇ ਤਾਂ ਇੱਕ ਵਿਲੱਖਣ ਅਨੁਭਵ ਹੈ। ਔਰ ਇੰਨੇ ਗਹਿਨ ਗੰਭੀਰ ਮੁੱਦਿਆਂ ਦੇ ਉੱਤੇ ਗੱਲਾਂ ਕਰਦੇ ਹੈ ਔਰ ਇੰਨੇ ਰੈਲੇਵੈਂਟ ਇਸ਼ੂਜ਼ ਦੇ ਉੱਤੇ ਵਿਚਾਰ ਵਿਮਰਸ਼ ਹੁੰਦਾ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਉਦਾਹਰਣ ਹੈ। ਤਾਂ ਮੈਂ ਤਾਂ ਇਹੀ ਉਮੀਦ ਕਰਦਾ, ਇਹੀ ਕਾਮਨਾ ਕਰਦਾ ਕਿ ਸੰਸਥਾ ਜਿਹੜੀ ਹੈ ਉਹ ਦਿਨ ਰਾਤ ਤਰੱਕੀ ਕਰੇ। ਮੇਰੇ ਕੋਲ ਤਾਂ ਕੋਈ ਲਫਜ਼ ਹੀ ਨਹੀਂ ਹੈ ਜਿਸ ਦੇ ਨਾਲ ਮੈਂ ਸ਼ੁਕਰੀਆ ਅਦਾ ਕਰ ਸਕਾਂ। ਪ੍ਰੋਫੈਸਰ ਜਗਦੀਸ਼ ਸਿੰਘ ਜੀ, ਮੈਂ ਇਮਾਨਦਾਰੀ ਨਾਲ ਮਹਿਸੂਸ ਕਰਦਾ ਹਾਂ ਕਿ ਉਹ ਦੇਖੋ ਜਿੱਦਾਂ ਮੇਰੇ ਛੁਪੇ ਰਹਿਣ ਦੀ ਚਾਹ, ਸਾਰੇ ਫੰਕਸ਼ਨ ਦੇ ਵਿੱਚ ਉਹਨਾਂ ਦੀ ਸਪਿਰਿਟ ਕੰਮ ਕਰ ਰਹੀ ਹੈ। ਉਹ ਕਰਤਾ ਧਰਤਾ ਹੈ, ਮੈਂ ਉਹ ਪਰ ਕਦੇ ਕਿਤੇ ਨਜ਼ਦੀਕ ਕਿਤੇ ਵੀ ਉਹ ਨਜ਼ਰ ਨਹੀਂ ਆਉਂਦੇ, ਉਹ ਸਾਰੇ ਇੰਨੇ ਆਪਣੇ ਦੇਖ ਰੇਖ ਦੇ ਵਿੱਚ ਪ੍ਰਬੰਧ ਕਰ ਰਹੇ ਹੈ। ਔਰ ਇਸ ਸਾਰੇ ਪ੍ਰੋਗਰਾਮ ਦੀ ਮੈਨੂੰ ਪਤਾ ਹੈ ਕਿ ਜਿਹੜਾ ਬਸੰਤ ਉਤਸਵ ਹੈ ਇਸ ਦੀ ਰੂਹੇ ਰਵਾਂ ਹੈ, ਰੂਹੇ ਰਵਾਂ ਹੈ। ਪਰ ਇੰਨਾ ਉਹ ਪਿੱਛੇ ਰਹਿ ਕੇ, ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਦੇ, ਇਹ ਵੀ ਮੈਂ ਇੱਕ ਉਹਨਾਂ ਦੇ ਵਿਅਕਤਿਤਵ ਤੋਂ ਪ੍ਰਭਾਵਿਤ ਹੋ ਕੇ ਇੱਕ ਆਪਣੇ ਨਾਲ ਲੜ ਬਣ ਕੇ ਲੈ ਕੇ ਜਾ ਰਿਹਾ ਇੱਕ ਚੀਜ਼ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਅਸਲੀ ਵਰਕਰ ਹੁੰਦੇ ਹੈ, ਅਸਲੀ ਜਿਹੜੇ ਲੀਡਰ ਹੁੰਦੇ ਹੈ, ਉਹ ਕਿਤੇ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਉਜਾਗਰ ਨਹੀਂ ਕਰਦੇ, ਉਹ ਸੇਧ ਦਿੰਦੇ ਹੈ। ਅਤੇ ਉਹਨਾਂ ਦੀ ਸੇਧ ਦੇ ਨਾਲ ਪੰਜਾਬੀ ਸਾਹਿਤ, ਪੰਜਾਬੀ ਅਦਬ, ਪੰਜਾਬੀ ਸੱਭਿਆਚਾਰ ਔਰ ਸਾਡਾ ਜਿਹੜਾ ਪੰਜਾਬੀ ਵਰਤਾਰਾ ਹੈ ਉਸ ਦੇ ਸਨਮੁੱਖ ਜਿਹੜੇ ਇਸ਼ੂਜ਼ ਹੈਗੇ ਹੈ, ਜਿਹੜੀਆਂ ਸਾਡੀਆਂ ਪੱਖਰੀਆਂ ਪ੍ਰੋਬਲਮ ਸਮੱਸਿਆਵਾਂ ਹੈਗੀਆਂ, ਉਹਨਾਂ ਦੇ ਉੱਤੇ ਜਿਸ ਕਦਰ ਤੁਸੀਂ ਫਿਕਰਮੰਦੀ ਕਰਦੇ ਹੋ, ਜਿਸ ਕਿਸਮ ਤੁਸੀਂ ਚਿੰਤਾਤੁਰ ਹੋ ਔਰ ਸੰਵਾਦ ਰਚਦੇ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅੱਜ ਸਮਾਜ ਦੇ ਵਿੱਚੋਂ ਸੰਵਾਦਹੀਨਤਾ ਹੋ ਰਹੀ ਹੈ। ਸੰਵਾਦ ਹੀ ਨਹੀਂ ਕਰਦਾ, ਗੱਲਾਂ ਹੀ ਨਹੀਂ ਕਰਦਾ ਕੋਈ ਬੈਠ ਕੇ ਆਪਸ ਦੇ ਵਿੱਚ, ਤੁਸੀਂ ਇੱਕ ਸੰਵਾਦ ਦਾ ਮੰਚ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਹੈ। ਇਹ ਮੇਰੀਆਂ ਸ਼ੁਭਕਾਮਨਾਵਾਂ।